और भी दोस्तों की हाल चाल कर दें। अज का व्लॉग स्टार्ट ते अज अपना जानवर हो गया 10 दिनों का। जो मेरे भी चैनल ते नवे चैनल कर लो सब्सक्राइब, वीडियो नू लाइक ते शेयर। अपनी हुई मोर्टैलिटी अज 10वें दिन की आ 8 चूचे ते आपां लगे हां पाउण फीड। फीड पानी है तो दवाई वेखने केड़ी लानी, कैल्शियम अज नहीं लाना शायद, बाकी बाई में पुछदे हां। तो ये फार्मा के दुआले आपां अज वीरासिड की स्परे पाउण मारनी आ, वह पंप च पाई आ, तुहानू मैं वह भी मार दिया। पहला फीड पा लीए, तो फीड हैगी अपनी अज लाउण लगे लीवर। दोस्तों आ फार्म च अपना काम मुक गया, फीड भी पै गई। तो अज ना अपने मोटे जानवर मरे आ वाला तो मैनू लगता वा कि लीवर करके मरे। बाकी पाड़े नहीं, सुपरवाइजर भीर आता तो उसको पड़वा के चैक करते हैं। तो लीवर का अज आप स्टार्ट करता, लीवर अज आप दिने पाया। वजह यह भी शाम को अपनी लैरीगोल डीएस नीरोबीन जो गोलियां पैनिया, जिदन वो टैबलेट मुक जाएगी उदन तो आप शाम को कर देंगे। तो लीवर लाता, फीड पै गई, फीड पई 3 बोरियां। लीवर लाया 350 ml 3300 जानवर न। हूँ चले आप दूजे फार्म च, तो पंप बहर भरया पाया वा वीरासिड का, वह फार्मा के दुआले मारनी आ। तो टेंकियां भर के तो शुकरूना दवाई फार्म टेंकियां के उत्ते पाउणी इकोलाइजर वाली, किन्ने दिन हो गए पाई नहीं। तो जानवर हो गया जे अपना 10 दिनों का। दोस्तों आ अपने वीरासिड, तो यदि फार्मा के दुआले स्परे मारनी दोवां दे, इहदे भी पूरे पासे चौखे ते इहदे भी चवखे। तो यह पंप च पाया आपां 150 ग्राम पंप दे विच, ते वेखने 2 पंप लग जाने अपने। दोस्तों भी फार्म च लगे आपां पाउण फीड, फीड पाउणी आ ते लीवर लाउणा। पानी भरन दिया वीरा, खोलण दिया फीड, ते मैं लगा इहदियां अज लाइना चुकण, लाइना डाउन आ ते जानवर चुक के पानी पीन लिया। ते मैं चुकदा लैना फिर पौने फीड, ते फीड पा के लाने लीवर। ते लीवर ला के ते शाम नू अपनियां लैरीगोल ते डीएस दियां गोलियां ते नाल नीरोबीन दियां। बाकी जानवर अपना तुहाडे सामने ही आ। दोस्तों इन्हां दा कराउने पोस्टमार्टम, खून जमे ऐसा क्यों मर रहा, क्योंकि उठे जाता नहीं, उड़ के फीड पानी खाते खाते नहीं जान रहा। चक्कर ये जाना तो बने दोस्तों फीड पै गई अपनी, तो लीवर भी लग गया, सारे भांडे च लीवर लगा। तो चूचे अपने का पोस्टमार्टम कराया वा, तो टैक आया, तो लीवर की शिकायत आ, तो लीवर करता आप चालू। तो शाम को पौने अज लैरीगोल्ड नीरोबीन दियां गोलियां,
ਤੇ ਦਿਨ ਦਾ ਕੰਮ ਹੋ ਗਿਆ ਹੁਣ ਸ਼ਾਮ ਨੂੰ ਕਰਦੇ ਆ ਅੱਧਾ ਅੱਧਾ ਭਰਨੇ ਆ ਚੱਲੇ ਵੀ ਪਾਣਾ ਦੋਸਤੋ ਇਹਨਾਂ ਨੂੰ ਲੱਗੇ ਸ਼ਾਮ ਨੂੰ ਕੱਲ ਵਾਲੀ ਸੇਮ ਡੋਜ਼ ਲਾਉਣ ਨੀਰੋਬਿਨ ਫੋਰਡ ਦੀਆਂ ਗੋਲੀਆਂ ਅਤੇ ਲੈਰੀ ਗੋ ਡੀ ਐੱਸ ਦੀਆਂ ਬਾਕੀ ਜਾਨਵਰ ਆਪਣਾ ਰਿਕਵਰ ਹੋ ਗਿਆ ਅਤੇ ਹੁਣ ਇਹਨੂੰ ਇੱਕ ਦੋ ਦਿਨ ਬਾਅਦ ਨਾ ਇਕੱਲਾ ਡੀ ਥ੍ਰੀ ਕੈਲਸ਼ੀਅਮ ਪਾਉਣਾ ਵਾ ਕੈਲਸ਼ੀਅਮ ਨਹੀਂ ਇਕੱਲਾ ਡੀ ਥ੍ਰੀ ਵਿਟਾਮਿਨ ਡੀ ਥ੍ਰੀ ਕਿਉਂਕਿ ਇਹਦੀਆਂ ਹੱਡੀਆਂ 'ਚ ਜਾਨ ਹੀ ਨਹੀਂ ਹੈਗੀਆਂ ਅੱਜ ਸਵੇਰੇ ਪਾੜੀਆਂ ਹੀ ਸੁਪਰਵਾਈਜ਼ਰ ਬਾਈ ਨੇ ਅਤੇ ਇੰਨੀਆਂ ਹੱਡੀਆਂ ਆਵਾਜ਼ ਹੀ ਨਹੀਂ ਕਰਦੀਆਂ ਇੱਦਾਂ ਜਿੱਦਾਂ ਰਬੜ ਦੀ ਨਹੀਂ ਰਬੜ ਹੁੰਦੀਆਂ ਨਾ ਉਵੇਂ ਫੋਲਡ ਹੋ ਜਾਂਦੀਆਂ ਅਤੇ ਬਰਡ ਆਪਣਾ ਹੋ ਗਿਆ ਅੱਜ ਬਰਡ ਹੋ ਗਿਆ ਆਪਣਾ ਅੱਜ ਦਸਾਂ ਦਿਨਾਂ ਦਾ ਅਤੇ ਬਾਈ ਡਿਆ ਦਵਾਈ ਪਾਉਣ ਵੱਡੇ ਡਰਿੰਕਰਾਂ 'ਚ ਅਤੇ ਨਿੱਕੇ ਡਰਿੰਕਰ ਆਪਾਂ ਭਰਨੇ ਹਾਂ ਦਵਾਈ ਪਿਆਉਣੀ ਇਹਨਾਂ ਨੂੰ ਕੱਲ੍ਹ ਦੀ ਦਿਹਾੜੀ ਹੋਰ ਦਵਾਈ ਲੱਗਣੀ ਆ ਅਤੇ ਕੱਲ੍ਹ ਦੀ ਦਿਹਾੜੀ ਇਹਨੂੰ ਇਹ ਦਵਾਈ ਲਾ ਕੇ ਅਤੇ ਨਿੱਕੇ ਡਰਿੰਕਰ ਚੁੱਕ ਦੇਣੇ ਆ ਅਤੇ ਸ਼ਾਇਦ ਕੱਲ੍ਹ ਆਪਾਂ ਇਹਦਾ ਆਹ ਵਾਲਾ ਪਿੱਲਰ ਇਸ ਫਾਰਮ ਦਾ ਆਹ ਵਾਲਾ ਪਿੱਲਰ ਖੋਲੀਏ ਬਾਕੀ ਪੱਕਾ ਨਹੀਂ ਅਤੇ ਤਰਪਾਲਾਂ ਡਾਉਣ ਆ ਇੱਧਰੋਂ ਵੀ ਡਾਉਣ ਆ ਪਿੱਛੋਂ ਵੀ ਡਾਉਣ ਆ ਅਤੇ ਇੱਧਰੋਂ ਵੀ ਡਾਉਣ ਆ ਮਗਰੋਂ ਅਜੇ ਚੜੀਆਂ ਹੀ ਆ ਮਗਰੋਂ ਨਹੀਂ ਕੀਤੀਆਂ ਮਗਰੋਂ ਇੱਧਰ ਦੇ ਆਹ ਵਾਲੇ ਪਾਸਿਓਂ ਪਿੱਛੋਂ ਜਿਹੀਆਂ ਕੀਤੀਆਂ ਅਤੇ ਜਾਂ ਉਹ ਸਾਹਮਣੇ ਤਰਪਾਲ ਪਿੱਛੋਂ ਥੋੜ੍ਹੀ ਜਿਹੀ ਜੂ ਬਣੀ ਆ ਅਤੇ ਇਹ ਤਰਪਾਲ ਹੁਣ ਆਪਾਂ ਲਾਈ ਦੀ ਨਹੀਂ ਟੈਂਪਰੇਚਰ ਆਪਣਾ ਇਹ ਤੋਂ ਬਿਨਾਂ ਪੂਰਾ ਆ ਅਤੇ ਕੰਮ ਆਪਣਾ ਮੁੱਕ ਗਿਆ ਸਿਰਫ ਦਵਾਈ ਲਾਉਣੀ ਆ ਅਤੇ ਕੰਮ ਆਪਣਾ ਅੱਜ ਦਾ ਮੁੱਕ ਗਿਆ ਦੋਸਤੋ ਆਪਣਾ ਕੰਮ ਮੁੱਕ ਗਿਆ ਦਵਾਈ ਲੱਗ ਗਈ ਫਾਰਮ ਦੇ ਵਿੱਚ ਉਹ ਵਾਲੇ ਲੈਣ ਦੇ ਵਿੱਚ ਚਾਰ ਪੰਜ ਭਾਂਡੇ ਰਹਿ ਗਏ ਉਹ ਵੀਰੇ ਨੇ ਲਾ ਦੇਣੇ ਆ ਅਤੇ ਆਪਣਾ ਕੰਮ ਮੁੱਕ ਦੋਸਤੋ ਅੱਜ ਦਾ ਆਪਣਾ ਕੰਮ ਮੁੱਕ ਗਿਆ ਫਾਰਮਾਂ ਦਾ ਅਤੇ ਅੱਜ ਆਪਾਂ ਇਹਨਾਂ ਨੂੰ ਸਵੇਰੇ ਲੀਵਰ ਵੀ ਲਾਇਆ ਸੀ ਕਿਉਂਕਿ ਆਪਣੇ ਜਾਨਵਰ ਜਿਹੜੇ ਆਪਾਂ ਮੋਰਟੈਲਿਟੀ ਹੋਈ ਸੀ ਨਾ ਪਰਲੇ ਫਾਰਮ ਦੇ ਵਿੱਚ ਇਹਦੇ ਤਾਂ ਤਿੰਨ ਬਰਡ ਸੀਗੇ ਆਹ ਵਾਲੀ ਸ਼ੈਡ 'ਤੇ ਜਿਹੜੀਆਂ ਆਪਣੀਆਂ ਨਿੱਪਲਾਂ ਵਾਲੀ ਆ ਇਹਦੇ 'ਚ ਤਿੰਨ ਜਾਨਵਰ ਸੀ ਅਤੇ ਪਰਲੇ ਫਾਰਮ 'ਚ ਆਪਣੀ ਮੋਰਟੈਲਿਟੀ ਹੋਈ ਉਹ ਹੋਈ ਹੈਗੇ ਸੀਗੇ ਆਪਣੇ ਨੌ ਜਾਨਵਰ ਅਤੇ ਉਹਦੇ ਚੈੱਕ ਕਰਵਾਇਆ ਤਾਂ ਉਹਨਾਂ 'ਚ ਨਿਕਲੀ ਸੀ ਆਪਣੀ ਲੀਵਰ ਦੀ ਕਮੀ ਦੋ ਬਰਡ ਜਿਹੜੇ ਮਰੇ ਸੀ ਨਾਲ ਉਹਨਾਂ ਨੂੰ ਅਟੈਕ ਹੋਇਆ ਸੀ ਵੱਡੇ ਸੀ ਬਾਕੀ ਜਿਹੜਾ ਜਾਨਵਰ ਆਪਣਾ ਬਿਮਾਰ ਹੋਣ ਡਿਆ ਉਹ ਠੀਕ ਆ ਹੁਣ ਅੱਗੇ ਨਾਲੋਂ ਕਾਫੀ ਫਰਕ ਆ ਅੱਜ ਦਾ ਦੋਸਤ ਆਪਣਾ ਕੰਮ ਮੁੱਕ ਗਿਆ ਮਿਲਦੇ ਹਾਂ ਆਪਾਂ ਨੈਕਸਟ ਵਲੌਗ 'ਚ ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਮਿਲਦੇ ਹਾਂ ਆਪਾਂ ਨੈਕਸਟ ਵਲੌਗ 'ਚ ਧੰਨਵਾਦ ਜੀ।